अलहू ते गामू ने गुरु साहब का राह रोकण का यतन किया। महाराज बाणी विच कहिंदे मन्नै मग न चलै पंथ। जदों तुसीं बाणी नूं मन्नण लग पोगे, गुरु का उपदेश मन्नण लग पोगे, तुहाडा मग राह जिहड़ा तुहाडा पंथ जिहड़ा उहनूं कोई प्यारिओ रोक नहीं सकदा, तुहाडे राह दे विच कोई रोड़ा नहीं बन सकदा। ते गुरु जी ते आप खुद नामी ने, ते महाराज दा राह कौन रोक सकदा सी? इहनां 10 लख ने रोकना चाहिया, उहनां को नहीं रुकिया, ते अलफू गामू वर्गे दो जाने किवें सतगुरां दा राह रोकदे? दशमेश पिता धन गुरु गोबिंद सिंह महाराज सच्चे पातशाह जी टिंड दा सिरहाणा ला के भाई वीर सिंह जी लिखदे, जिहड़ा खब्बी वक्खी आ ना महाराज दी, ਉਹ ਸਤਿਗੁਰਾਂ ਨੇ ਹੇਠਾਂ ਜ਼ਮੀਨ 'ਤੇ ਲਾਏ। ਜ਼ਮੀਨ ਕੈਸੀ ਆ? ਬੜੀ ਸ਼ੀਤਲ ਆ, ਸ਼ੀਤਲ ਦਾ ਭਾਵ ਬੜੀ ਠੰਡੀ ਜ਼ਮੀਨ ਆ, ਜਿਵੇਂ ਹੁਣ ਜ਼ਮੀਨਾਂ ਠੰਡੀਆਂ ਨੇ, ਪੈਰ ਨਹੀਂ ਨਾ ਰੱਖਿਆ ਜਾਂਦਾ। ਕਹਿੰਦੇ ਇੱਦਾਂ ਦੀ ਜ਼ਮੀਨ ਸ਼ੀਤਲ ਹੋਈ ਪਈ ਸੀ, ਬੜੀ ਠੰਡੀ ਸੀ, ਅਤੇ ਨਾਲ ਪਿਆਰ ਬੜੀ ਕਠੋਰ ਵੀ ਸੀ, ਸਖਤ ਜ਼ਮੀਨ ਸੀ ਉਹ, ਜਿੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਵੱਖੀ ਪਰਨੇ ਲੇਟਣਾ ਕੀਤਾ। ਖੱਬੇ ਵੱਖੇ ਥੱਲੇ ਜ਼ਮੀਨ ਵੱਲ, ਸੱਜੇ ਉੱਪਰ ਨੂੰ, ਅਤੇ ਮਹਾਰਾਜ ਦੇ ਦੋਨੋਂ ਹਸਤ ਜਿਹੜੇ ਨੇ ਸਤਿਗੁਰਾਂ ਦੇ ਛਾਤੀ ਵਾਲੇ ਪਾਸੇ ਨੇ। ਅਤੇ ਪਿਆਰਿਓ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਾਮਾ ਲੀਰੋ ਲੀ ਰਿਹਾ, ਚਰਨਾਂ ਦੇ ਵਿੱਚ ਛਾਲੇ ਪਏ ਨੇ। ਅਤੇ ਪਿਆਰਿਓ, ਫਿਰ ਵੀ ਉਸ ਅਕਾਲ ਦੇ ਭਾਣੀਆਂ ਦੇ ਵਿੱਚ ਸ਼ੁਕਰ ਦੇ ਵਿੱਚ ਸਤਿਗੁਰੂ ਆਰਾਮ ਕਰਦੇ, ਜਦੋਂ ਅੱਖ ਲੱਗ ਗਈ, ਅਤੇ ਇੱਧਰੋਂ ਤਰੈ ਸਿੱਖ ਜਿਹੜੇ ਸਿੰਘ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੱਭਦੇ ਪਏ ਸਨ, ਕਹਿੰਦੇ ਦੌੜਦੇ ਭੱਜਦੇ ਰੁਕਦੇ ਸੱਜੇ ਖੱਬੇ ਵੇਖਦੇ ਵੇਖਦੇ ਤੁਰੇ ਆਉਂਦੇ ਨੇ। ਮਾਛੀਵਾੜੇ ਦੇ ਜੰਗਲਾਂ ਵਿੱਚ ਜਦੋਂ ਪਹੁੰਚੇ ਆ, ਇੱਥੇ ਆਣ ਕੇ ਪਿਆਰੇ ਕਹਿੰਦੇ ਨੇ ਭਾਈ ਦਇਆ ਸਿੰਘ ਨੇ ਖੂਹ ਤੋਂ ਪਾਣੀ ਜਲ ਛਕਿਆ। ਭਾਈ ਵੀਰ ਸਿੰਘ ਜੀ ਲਿਖਦੇ ਜਦੋਂ ਇੱਥੇ ਪਹੁੰਚੇ ਨਾ, ਤਾਂ ਭਾਈ ਦਇਆ ਸਿੰਘ ਕਹਿਣ ਲੱਗੇ, ਮਾਨ ਸਿੰਘ ਜੀ, ਧਰਮ ਸਿੰਘ ਜੀ, ਇੱਥੋਂ ਹੁਣ ਨਾ ਗਾਂਹ ਜਾਣ ਨੂੰ ਦਿਲ ਨਹੀਂ ਕਰਦਾ ਪਿਆ, ਪਤਾ ਨਹੀਂ ਸਰੀਰ ਜਿਹੜਾ ਥੱਕ ਗਿਆ ਤਾਂ ਕਰਕੇ, ਜਾਂ ਫਿਰ ਜਿੱਥੇ ਅਸਾਂ ਪਹੁੰਚਣਾ ਸੀ ਉਹ ਜਗ੍ਹਾ ਆ ਗਈ ਤਾਂ ਕਰਕੇ, ਮੇਰਾ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ। ਇਹਨੇ ਨੂੰ ਕਹਿੰਦੇ ਧਰਮ ਸਿੰਘ ਜੀ ਨੇ ਉਸ ਪਾਸੇ ਨਿਗਾਹ ਮਾਰੀ, ਜਦੋਂ ਜਿੱਧਰ ਦਸ਼ਮੇਸ਼ ਪਿਤਾ ਜੀ ਆਰਾਮ ਕਰਦੇ ਸਨ, ਉੱਧਰੋਂ ਕੋਈ ਲਿਸ਼ਕ ਪਈ ਹੈ, ਚਮਕੌਰ ਪਈ ਝਾੜੀਆਂ ਦੇ ਵਿੱਚੋਂ ਜੀ, ਅਤੇ ਭਾਈ ਧਰਮ ਸਿੰਘ ਜੀ ਕਹਿਣ ਲੱਗੇ, ਦਇਆ ਸਿੰਘ, ਮਾਨ ਸਿੰਘ ਜੀ, ਉਹ ਸਾਹਮਣੇ ਕੋਈ ਲਿਸ਼ਕਦਾ ਪਿਆ, ਵੇਖੋ ਕੀ ਹੈ। ਨੇੜੇ ਜਾ ਕੇ ਵੇਖਦੇ ਨੇ, ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਆਪਣਾ ਇੱਕ ਹਸਤ ਜਿਹਦੇ ਨਾਲ ਤੀਰ ਖਿੱਚਦੇ ਸਨ ਮਹਾਰਾਜ, ਉਹ ਸੀਸ ਵਾਲੇ ਪਾਸੇ ਅੱਗੋਂ ਦੀ ਘੁਮਾ ਕੇ ਮਹਾਰਾਜ ਨੇ ਰੱਖਿਆ ਹੋਇਆ, ਅਤੇ ਅੰਗੂਠੇ ਦੇ ਵਿੱਚ ਗੁਲ ਸ਼ਤਾਨ ਜਿਹੜਾ ਪਾਇਆ ਹੋਇਆ। ਉਹ ਤਾਂ ਹੁੰਦਾ ਜਦੋਂ ਤੀਰ ਖਿੱਚੀਦਾ ਵਾਰ ਵਾਰ, ਅਤੇ ਇਹਦੇ ਅੰਗੂਠਾ ਖਰਾਬ ਨਾ ਹੋਵੇ, ਜ਼ਖਮ ਨਾ ਹੋਣ। ਉਹ ਗੁਲ ਸ਼ਤਾਨ ਜਿਹੜਾ ਪਿਆ ਰਿਹਾ, ਉਹਦੇ ਵਿੱਚ ਇੱਕ ਹੀਰਾ ਲੱਗਾ ਸੀ, ਬੜਾ ਕੀਮਤੀ, ਚਮਕਦਾ ਬੜਾ ਸੀ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੀਰਾ ਜਦੋਂ ਗੁਲਸਤਾਨ ਵਾਲਾ ਚਮਕਿਆ ਅਤੇ ਨੇੜੇ ਗਏ, ਕੀ ਵੇਖਦੇ ਆ ਇਹ? ਤਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕਦਮ ਜਿਹੜਾ ਮਨ ਹੈ, ਚਿੱਤ ਜਿਹੜਾ ਬੜਾ ਚਾਅ ਦੇ ਵਿੱਚ ਉੱਡੋਂ ਉੱਡੋਂ ਕਰਨ ਲੱਗ ਪਿਆ। ਭਾਈ ਮਾਨ ਸਿੰਘ ਬੜੇ ਚਾਅ ਦੇ ਨਾਲ ਦੌੜ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇੜੇ ਗਏ। ਇੱਕਦਮ ਪਿਆਰੇ, ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੇਖਦੇ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਾਮਾ ਲੀਰੋ ਲੀਰ ਹੈ, ਅਤੇ ਹੇਠਾਂ ਸਤਿਗੁਰੂ ਲੇਟੇ ਹੋਏ ਨੇ, ਅਤੇ ਉੱਪਰ ਕੱਪੜਾ ਕਿਹੜਾ ਲਿਆ, ਜਿਹੜਾ ਕਮਰ ਕੱਸੇ ਦੇ ਉੱਪਰ ਦੀ ਪਿਆਰੇ ਪਤਲਾ ਜਿਹਾ ਚਮਕ ਜਿਹੜਾ ਰੇਸ਼ਮੀ ਜਿਹੜਾ ਚਮਕਦਾਰ ਜਿਹੜਾ ਪਤਲਾ ਜਿਹਾ ਕੱਪੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਨਿਆ ਸੀ, ਉਹ ਪਤਲਾ ਜਿਹਾ ਵਸਤਰ ਜਿਹੜਾ ਗੁਰੂ ਸਾਹਿਬ ਨੇ ਉੱਪਰ ਤਾਣਿਆ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਦੋਂ ਚਰਨ ਵੇਖੇ, ਚਰਨ ਜਿਹੜੇ ਉਹਨਾਂ 'ਚੋਂ ਵੀ ਖੂਨ ਸਿੰਮਦਾ ਪਿਆ ਸੀ। ਪਿਆਰਿਓ, ਸਤਿਗੁਰਾਂ ਦੀ ਐਸੀ ਹਾਲਤ ਵੇਖ ਕੇ ਇਹਨਾਂ ਸਿੰਘਾਂ ਤਿੰਨਾਂ ਸਿੰਘਾਂ ਨੇ ਜਦੋਂ ਵੇਖਿਆ ਮਹਾਰਾਜ ਨੂੰ, ਤਾਂ ਇੱਕਦਮ ਅੱਖਾਂ 'ਚੋਂ ਜਿਵੇਂ ਵੈਰਾਗ ਆ ਗਿਆ, ਪਰ ਫਿਰ ਆਪਣੇ ਆਪ ਨੂੰ ਸੰਭਾਲਿਆ। ਮਾਨ ਸਿੰਘਾ, ਰੋਂਦਾ ਕਿਉਂ ਹੈ, ਵੈਰਾਗ ਕਿਉਂ ਕਰਦਾ? ਇਹ ਤਾਂ ਆਪ ਖੁਦ ਖੁਦਾ ਹੈ, ਇਹਨਾਂ ਨੂੰ ਦੁੱਖ ਤਕਲੀਫ ਕਿਵੇਂ ਸਤਾ ਸਕਦੀ? ਇਹ ਤਾਂ ਧਰਤੀ ਦਾ ਭਾਰ ਜਿਹੜਾ ਹੈ ਆਪਣੇ ਸਿਰ 'ਤੇ ਲੈਣ ਵਾਸਤੇ ਆਏ ਨੇ, ਦੁੱਖਾਂ ਤੋਂ ਨਿਜਾਤ ਦਿਵਾਉਣ ਵਾਸਤੇ ਸਾਨੂੰ ਇਸ ਧਰਤੀ 'ਤੇ ਆਏ ਨੇ, ਸਾਡੇ ਦੁੱਖਾਂ ਨੂੰ ਹਰਨ ਵਾਸਤੇ ਆਏ ਨੇ ਆਪਣੇ ਉੱਪਰ, ਤਾਂ ਇਹ ਦੁੱਖ ਸਹਿਣ ਕਰਦੇ ਪਏ।
फिर कहिंदे ने भाई दया सिंह ते भाई मान सिंह नेड़े हो के महाराज दे चरणां नूं झसण लगे ने, पर की वेखदे उत्थे छाले पै गए ने, उत्थे खून सिमदा, बुरा हाल आ चरणां दा। पर फिर भी किसे तरीके नाल जदों सेवा करदे ने ते इधर भाई धर्म सिंह जी ना वो ध्यान रखदे आ तीर हथ विच पकड़ के कमान लै के कि कोई दुश्मन हमला ना करे। ये दोनों सिंह सेवा करदे जदों महाराज दी सतगुरु पातशाह जी दे नेत्र खुले, महाराज ने एकदम तीर कमान सांभिया। कोई इतिहासकार श्री साहब भी लिखदे कहिंदे ने जदों सतगुरु महाराज सच्चे पातशाह जी ने वेख्या कि मेरे सूरमे सिंह आ गए ने, सतगुरां ने तिन्नां नूं प्यारियो अपने सीने नाल ला के प्यार किया। इन्हां तिन्नां दे मन विच बड़ा प्यार ते वैराग आउंदा पिया सी। गरीब नवाब पातशाह जी कहन लगे मान सिंघा प्यास लगी। कहिंदे ने फिर उह खूह जिहड़ा माशी वाड़े दा उत्थ सतगुरां ने जल सतगुरां लई जल लियांदा, सतगुरां नूं जल छकाया गया। फिर महाराज सच्चे पातशाह जी नूं कंधेड़े उठा के ना भाई मान सिंह जी, क्योंकि शरीर पूरी तरह निर्बल हो गया, इन्ना थकावट शरीर दी सी, एकदम आराम करके बाद विच चलना औखा। तो भाई मान सिंह ने महाराज नूं कंधेड़े चक्किया, उत्थे लिजाया गया। जिहड़ा कशहरा सी ना गुरु साहब दा, वो कहिंदे ने जांघियां दे नाल पट्टां दे नाल जुड़ चुका सी खून जिहड़ा सुकण दे करके, उहनूं प्यारे हौले हौले धो के साफ कीता। सतगुरु पातशाह जी नूं इशनान करवाया गया। फिर इतों प्यारे सतगुरु महाराज कृपा करन, कोई इतिहासकार इशनान लिखते हैं, कोई कहिंदे उदा साफ सफाई जिहड़ी है सतगुरां दे चरणां दी कीती गई। महाराज सत्ता सतगुरां दे चरण धोते ने, जल सतगुरां ने जल छकिया। इतों कहिंदे ने सतगुरु महाराज सच्चे पातशाह जी नूं सिंघां ने आख्या सतगुरु जी हुण दिन चढ़ गया ते आपां क्यों ना इत्थे कोई टिकाणा करिए। महाराज आखण लगे आ सामने जिहड़ा बाग है, इस बाग में चले जाने। तो जो बाग में गए ने तो सतगुरां ने आख्या इंज लगता जिवें बाग अपना हुंदा। अपना कदों लगता? जो किसी अपने दे थां ते चले जाइए। तुसीं जदों अपने किसी गवांढ चले जाओ, अपने रिश्तेदारां दे चले जाओ, जे तो उत्थे अपना तो हैगी, प्यार भावना हैगी, तुसीं इदां रहोगे जिवें अपना ही घर हुंदा। जदों पर दिलां विच प्यार बहुता ना होवे उत्थे बंदा फिर इदां ही रहिंदा जिवें परौणे ही हुंदे ने। कई घर इदा होंगे जिमें अपने हूँ इदा भी रह लीदा उन्होंने घर। सतगुरु जो बाग में गए महाराज ने की वेख्या, पातशाह कह लगे बाग जिमें अपना होंगे इदा लगता। कहिंदे ने जो इस बाग दे विच सिंघां ने पहरा दिता, महाराज ने कुछ समा आराम फरमाया, तो इत्थे ही पंजाबे गुलाबे का जिहड़ा नौकर सी वह आया। उन्हें वेख्या कि ये सतगुरु महाराज सच्चे पातशाह जी ने उन्होंने नाल उन्होंने सिंह ने, वो दौड़ के गया तो गुलाबे नूं जाके सुनिया दिता कि कलगियां वाले सतगुरु आए। वो बड़े चावां दे नाल महाराज दे दर्शन करन वास्ते आया। पर कहिंदे ने गुलाबे दा सुभाअ इदां दा सी, श्रद्धा भावना प्रेम ते बड़ा है गुरु साहब दे प्रति, पर भै दे विच रहिंदा सी, डरदा भी सीगा, डरदा भी सी, डर भी रखदा सी मन दे विच। इस करके कहिंदे जदों गुरु साहब दे कोल आया, महाराज सच्चे पातशाह जी नूं मिलिया ते सतगुरां दे वास्ते प्यारे ने अपने नौकर नूं भेज के दुध गर्म करवा के उहदे विच छुहारे पवा के लियाउण लई आख्या। उह गया जाके उहने इहदे भरा पंजाबी नूं दस्सिया, उह प्यारे फिर दुध विच छुहारे पा के गर्म करके लियाया। सतगुरु महाराज नूं ते सिंघां नूं नाल उहने प्यारे जदों इह छकाया, इत्थे बह के कुछ समा विचारां होईआं, सतगुरु महाराज सच्चे पातशाह जी ते जो समा बीत रहा सी उहदे बारे गल्लां कीतीआं गुलाबे ने, ते महाराज ने फिर भी शुकर दसदिआं होईआ उहदे भाणे विच रहिण वास्ते आख्या। ते सतगुरु उहदे दिल दे उहदे मन दी स्थिति भी जाणदे सी कि घबराउंदा भी बड़ी छेती आ, डर भी जांदा, श्रद्धा भावना प्यार ते हैगा। उह कहिण लगा महाराज सच्चे पातशाह बेनती आ कि अज दिन तुसीं इत्थे बाग दे विच रहो, तो रात को जदों नेरा हो जाएगा उदो आप मैं तुहानूं अपने घर में लै जावांगा, उत्थे मेरा चुबारा है नवा मैं बनवाया, उत्थे तुसीं रह लियो, क्योंकि जे दिने गए कोई वेख लेगा तो शिकायत लग जाएगी। इस करके महाराज रात को आप चलांगे, दिन उत्थे बीतिया। फिर रात को गुलाबा ते पंजाबा सतगुरु महाराज नूं अपने घर लै गए।
उत्थे उपर चुबारा से नवा कमरा बनाया ने उस चुबारे दे विच गुरु साहब लई नवें सोहणे पलंग दे उपर सतगुरां दा सजण वास्ते प्यार इंतजाम किया। उत्थे फिर कहिंदे ने खाणा मर सच्चे पातशाह नूं प्रसादा पाणी छकाया। ते इतिहासकार कई विचारां होर भी लिखदे आ पर सतगुरु महाराज कृपा करन जदों सतगुरां ने इत्थे रहना किया ना इहदे घरवाली जिहड़ी आ ਉਹ ਵੀ ਘਬਰਾ ਜਾਂਦੀ ਸੀ ਆਪ ਗੁਲਾਬਾ ਆਪ ਵੀ ਘਬਰਾ ਜਾਂਦਾ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਰਾਤ ਬਿਤਾਈ ਹੈ ਸਮਾਂ ਜਦੋਂ ਬੀਤਦਾ ਇਹ ਸੇਵਾ ਤਾਂ ਕਰਦੇ ਨੇ ਪਰ ਮਨ ਵਿੱਚ ਘਬਰਾਉਂਦੇ ਵੀ ਨੇ ਕਿਉਂਕਿ ਇੱਕ ਦੋ ਬੰਦਿਆਂ ਨੂੰ ਬਾਹਰ ਸੂਹ ਮਿਲ ਗਈ। ਇੱਕ ਤਾਂ ਕਹਿੰਦੇ ਬ੍ਰਾਹਮਣ ਵੀ ਆਇਆ ਥਾਲ ਵਿੱਚ ਜਨੇਊ ਲੈ ਕੇ ਆਇਆ ਰੱਖ ਕੇ ਸਤਿਗੁਰੂ ਮਹਾਰਾਜ ਨੂੰ ਭੇਟ ਕੀਤਾ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਆਖਿਆ ਕਿ ਸਤਿਗੁਰੂ ਜੀ ਤੁਸੀਂ ਇਸ ਜਨੇਊ ਦੀ ਰੱਖਿਆ ਵਾਸਤੇ ਆਪਣੇ ਪਿਤਾ ਨੂੰ ਕੁਰਬਾਨ ਕਰ ਦਿੱਤਾ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਇਸ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਕਹਿੰਦੇ ਨੇ ਗੁਰੂ ਸਾਹਿਬ ਨੇ ਕੁਝ ਮੋਹਰਾਂ ਉਹਦੀ ਥਾਲ ਵਿੱਚ ਰੱਖੀਆਂ ਉਹਨੂੰ ਅਸੀਸ਼ ਦਿੱਤੀ ਉਹ ਵਿਦਾ ਹੋ ਗਿਆ। ਇੱਕ ਸੱਯਦ ਸੀ ਉਹਨਾਂ ਨੂੰ ਵੀ ਪਤਾ ਲੱਗਾ ਜਦੋਂ ਸੂਹਾਂ ਲੱਗਦੀਆਂ ਜਾਂਦੀਆਂ ਤਾਂ ਘਰ ਵਾਲੀ ਡਰਦੀ ਹੈ ਅਤੇ ਆਉਂਦੀ ਆਪਣੇ ਪਤੀ ਨੂੰ ਕਹਿੰਦੇ ਆ ਕਿ ਸੂਹਾਂ ਜਿਹੜੀਆਂ ਨਿਕਲ ਗਈਆਂ ਬਾਹਰ ਅਤੇ ਕਿਤੇ ਇਹ ਨਾ ਹੋਵੇ ਤੁਰਕ ਸੈਨਾ ਨੂੰ ਸਿਪਾਹੀਆਂ ਨੂੰ ਪਤਾ ਲੱਗ ਜਾਵੇ ਅਤੇ ਸਾਡੇ ਘਰ 'ਤੇ ਹਮਲਾ ਹੋ ਜਾਵੇ ਸਾਡਾ ਨੁਕਸਾਨ ਹੋਏਗਾ। ਪਰ ਉਹਦੇ ਮਨ ਵਿੱਚ ਭਾਵਨਾ ਪਿਆਰ ਵੀ ਆ ਕਿ ਮਹਾਰਾਜ ਨੂੰ ਮੈਂ ਕਿਵੇਂ ਆਖਾਂਗੇ ਚਲੇ ਜਾਓ। ਪਰ ਸਤਿਗੁਰੂ ਦਿਲ ਦੀ ਜਾਣਦੇ ਸੀ ਪਿਆਰ ਬੜਾ ਪਰ ਕਿਤੇ ਨਾ ਕਿਤੇ ਡਰ ਵੀ ਆ ਘਬਰਾਉਂਦਾ ਵੀ ਇਸ ਕਰਕੇ ਕਹਿੰਦੇ ਨੇ ਥਾਲ ਵਿੱਚ ਭੇਟਾ ਲੈ ਕੇ ਸਤਿਗੁਰਾਂ ਨੂੰ ਭੇਟ ਕੀਤੀ ਜਿਹਦਾ ਮਤਲਬ ਸੀ ਕਿ ਮਹਾਰਾਜ ਮੈਂ ਨਿਤਾਣਾ ਵਾਂ ਮਹਾਰਾਜ ਮੇਰੇ ਕੋਲ ਕੋਈ ਤਾਣ ਕੋਈ ਬਲ ਨਹੀਂ ਹੈਗਾ ਤੁਹਾਨੂੰ ਮੈਂ ਇੱਥੇ ਰੱਖ ਸਕਾਂ। ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਦੇ ਇਸ਼ਾਰੇ ਨੂੰ ਹੀ ਸਮਝ ਗਏ ਉਹਦੇ ਦਿਲ ਦੇ ਪਹਿਲਾਂ ਜਾਣਦੇ ਸੀ। ਮਹਾਰਾਜ ਕਹਿੰਦੇ ਗੁਲਾਬਿਆ ਤੂੰ ਘਬਰਾਈ ਨਾ ਅਸਾਂ ਤੇਰਾ ਵਾਲ ਤੱਕ ਵਿੰਗਾ ਨਹੀਂ ਹੋਣ ਦੇਣਾ ਅਤੇ ਅਸੀਂ ਹੁਣ ਇੱਥੋਂ ਅੱਗੇ ਚਾਲੇ ਪਾਉਣੇ ਨੇ। ਕਹਿੰਦੇ ਨੇ ਇਹਦੀ ਇਹ ਸੇਵਾ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪ੍ਰਵਾਨ ਕਰ ਲਈ ਜਿੰਨੀ ਜਿੰਨੀ ਕਿਸੇ ਨੇ ਸੇਵਾ ਕੀਤੀ ਜਿਵੇਂ ਦੀ ਭਾਵਨਾ ਹੈ ਸ਼ਰਧਾ ਮਨ ਵਿੱਚ ਸਤਿਗੁਰੂ ਸਾਹਿਬ ਦੀਆਂ ਭਾਵਨਾਵਾਂ ਵੀ ਜਾਣਦੇ ਨੇ। ਸੋ ਇੱਥੇ ਥੋੜ੍ਹਾ ਸਮਾਂ ਗੁਰੂ ਸਾਹਿਬ ਨੇ ਬਿਤਾਇਆ ਫਿਰ ਇੱਥੋਂ ਪਿਆਰਿਓ ਇੱਕ ਹੋਰ ਗੁਰਮੁਖ ਪਿਆਰੇ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਚੱਲੇ ਨੇ ਉਹ ਆਪਾਂ ਕੱਲ੍ਹ ਨੂੰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਾਂਗੇ। ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿਉਂਕਿ ਅੱਗੇ ਚੱਲ ਕੇ ਫਿਰ ਇੱਕ ਜਗ੍ਹਾ 'ਤੇ ਜੰਗ ਹੋਈ ਹੈ ਉਹ ਵੀ ਸਮਾਂ ਮਿਲਿਆ ਅਤੇ ਜਿਵੇਂ ਜਿਵੇਂ ਸਤਿਗੁਰੂ ਦਿਆ ਕਰਨਗੇ ਉਸ ਹਿਸਾਬ ਦੇ ਨਾਲ ਆਪਾਂ ਵਿਚਾਰ ਨਾਲ ਜੁੜਨ ਦਾ ਯਤਨ ਕਰਾਂਗੇ। ਇੱਦਾਂ ਦੀ ਸਰਦੀ ਦਾ ਸਮਾਂ ਹੀ ਸੀ ਪਿਆਰਿਓ ਬੜੀ ਧੁੰਦ ਪੈਂਦੀ ਹੈ ਬੜੀ ਜ਼ਿਆਦਾ ਸਰਦੀ ਦੇ ਵਿੱਚ ਸਤਿਗੁਰੂ ਮਹਾਰਾਜ ਇਹਨਾਂ ਦੁੱਖਾਂ ਨੂੰ ਝੱਲਦਿਆਂ ਹੋਇਆ ਸਾਡੇ ਦੁੱਖਾਂ ਨੂੰ ਆਪਣੇ ਉੱਪਰ ਝੱਲਦਿਆਂ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੁਨੀਆ ਦਾ ਭਲਾ ਕੀਤਾ। ਅਤੇ ਜ਼ਰੂਰ ਐਸੇ ਸਤਿਗੁਰੂ ਪਾਤਸ਼ਾਹ ਜੀ ਦੇ ਆਪਾਂ ਚਰਨਾਂ ਦੇ ਨਾਲ ਜੁੜਿਆ ਕਰੀਏ ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਦੁਨੀਆ ਦਾ ਭਲਾ ਕਰਨ ਵਾਸਤੇ ਆਏ ਐਸੇ ਸਤਿਗੁਰਾਂ ਦੇ ਚਰਨਾਂ ਨਾਲ ਲੱਗੀਏ ਪਿਆਰ ਤਾਂ ਜੋ ਸਾਡਾ ਭਲਾ ਹੋ ਸਕੇ। ਸਤਿਗੁਰੂ ਆਪ ਹੀ ਆਪਣੀ ਦਿਆ ਕਰਕੇ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਨਾਮ ਸਿਮਰਨ ਬਾਣੀ ਦੀਆਂ ਦਾਤਾਂ ਸਾਡੀ ਝੋਲੀ ਵਿੱਚ ਪਾਉਣ ਸੇਵਾ ਸਾਡੇ ਹਿੱਸੇ ਆਵੇ ਭੁੱਲਾ ਚੁੱਕਾ ਦੇਖੀਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ